दोस्तों आज आपां गल करनी है सिर्फ और सिर्फ कैनेडा टूरिस्ट वीजा रिफ्यूजल दे बारे। अप्रूवलां दी बहुत गल्लां कर लईआं, पासपोर्ट रिक्वेस्ट पीपीआर दी बहुत गल्लां कर लईआं, अज रिफ्यूजल ते चर्चा करदे आं। रिफ्यूजल कैदी नहीं आंदी, रिफ्यूजल हर एक इंसान, हर एक कंसल्टेंट जो ऑफिस खोल के बैठा है, हरेक कंसल्टेंट दे ऑफिस दे विच रिफ्यूजल दस्तक दिंदी है। साडे ऑफिस दोस्तों रिफ्यूजल आंदियां ने, जिथे पीपीआर आंदियां ने ਨਾਲ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੋ ਸੱਚ ਹੈ ਉਹਨੂੰ ਆਈ ਥਿੰਕ ਅਸੈਪਟ ਕਰਨਾ ਚਾਹੀਦਾ, ਔਰ ਮੈਂ ਇਸ ਚੀਜ਼ ਨੂੰ ਕਾਫੀ ਅਰਸੇ ਤੋਂ ਅਸੈਪਟ ਕਰਦਾ ਆ ਰਿਹਾ, ਔਰ ਮੈਂ ਦਿਖਾਉਂਦਾ ਵੀ ਆ ਰਿਹਾ ਯੂਟਿਊਬ 'ਤੇ ਆਪਣੀ ਵੀਡੀਓਜ਼ ਦੇ ਵਿੱਚ ਕਿ ਦੋਸਤੋ ਆਹ ਸਾਡੀਆਂ ਪੀਪੀਆਰ ਆਈਆਂ ਨੇ, ਆਹ ਸਾਡੇ ਰਿਫਿਊਜ਼ਲ ਆਈਆਂ ਨੇ। ਉਹ 'ਚ ਸਾਨੂੰ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਔਰ ਨਾ ਹੀ ਸਾਨੂੰ ਝੂਠ ਬੋਲਣਾ ਚਾਹੀਦਾ। ਜਿਵੇਂ ਕਿ ਮਾਰਕੀਟ ਦੇ ਵਿੱਚ ਝੂਠ ਬੋਲਿਆ ਜਾ ਰਿਹਾ, ਪਰੋਸਿਆ ਜਾ ਰਿਹਾ ਕਿ 100% ਵੀਜ਼ਾ ਸਕਸੈਸ ਰੇਟ। ਫਸਟ ਆਫ ਆਲ ਸਾਨੂੰ ਲੋੜ ਆ ਅਵੇਅਰ ਹੋਣ ਦੀ, ਸਾਨੂੰ ਲੋੜ ਆ ਐਜੂਕੇਟ ਹੋਣ ਦੀ ਕਿ ਰਿਜੈਕਸ਼ਨ ਜੋ ਹੈ, ਰਿਫਿਊਜ਼ਲ ਜੋ ਹੈ, ਉਹ ਹਰ ਇੱਕ ਕੰਸਲਟੈਂਟ ਦੀ ਆਉਂਦੀ ਹੈ। ਦੂਸਰੀ ਗੱਲ, ਹੁਣ ਰਿਜੈਕਸ਼ਨ ਦੇ ਕਾਰਨ ਕੀ ਨੇ? ਕੈਨੇਡਾ ਦੀ ਮੈਂ ਗੱਲ ਕਰੂੰਗਾ ਫਿਲਹਾਲ। ਕੈਨੇਡਾ ਟੂਰਿਸਟ ਵੀਜ਼ਾ ਵਿੱਚ ਰਿਜੈਕਸ਼ਨ ਦੇ ਮੁੱਖ ਕਾਰਨ ਕਿਹੜੇ ਕਿਹੜੇ ਨੇ? ਪਹਿਲਾ ਕਾਰਨ ਪਰਪਸ ਆਫ ਵਿਜ਼ਿਟ, ਦੂਸਰਾ ਕਾਰਨ ਪਰਸਨਲ ਐਸੈਟਸ ਐਂਡ ਫਾਈਨੈਂਸ਼ੀਅਲ ਸਟੇਟਸ, ਤੀਸਰਾ ਕਾਰਨ ਫੈਮਿਲੀ ਟਾਈਜ਼। ਅਤੇ ਪਰਪਸ ਆਫ ਵਿਜ਼ਿਟ ਦਾ ਕੀ ਮਤਲਬ ਹੈ ਕਿ ਤੁਹਾਡੇ ਪਰਪਸ 'ਤੇ ਮੈਨੂੰ ਸ਼ੱਕ ਹੈ ਕਿ ਤੁਸੀਂ ਸਾਡੇ ਕੰਟਰੀ ਕੈਨੇਡਾ ਆਓਗੇ ਲੇਕਿਨ ਵਾਪਿਸ ਨਹੀਂ ਜਾਓਗੇ। ਇਕੱਲਾ ਅਗਰ ਇਹ ਪਰਪਸ ਆਫ ਵਿਜ਼ਿਟ ਲਿਖਿਆ ਹੋਇਆ ਤੁਹਾਡੇ ਰਿਜੈਕਸ਼ਨ ਦੇ ਵਿੱਚ, ਤਾਂ ਮਤਲਬ ਇਹ ਹੈ ਕਿ ਤੁਸੀਂ ਸਾਡੇ ਕੰਟਰੀ, ਤੁਸੀਂ ਕਹਿ ਰਹੇ ਹੋ ਕਿ ਪਰਪਸ ਸਾਡਾ ਕੀ ਆਉਣਦਾ? ਟੂਰਿਜ਼ਮ। ਤੁਸੀਂ ਹੋਟਲ ਬੁੱਕ ਕੀਤਾ, ਤੁਸੀਂ ਕਹਿੰਦੇ ਮੈਂ ਟੂਰਿਜ਼ਮ ਲਈ ਆਉਣਾ ਹੈ, ਘੁੰਮਣਾ ਫਿਰਨਾ, ਓਕੇ ਫਾਈਨ, ਬਟ ਮੈਂ ਤਾਂ ਸੈਟਿਸਫਾਈਡ ਨਹੀਂ ਹਾਂ। ਕਿਉਂ? ਕਿਉਂਕਿ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈ, ਤੁਹਾਡਾ ਫਰੈਸ਼ ਪਾਸਪੋਰਟ ਹੈ, ਮੇਰਾ ਤੁਹਾਡਾ ਪਰਪਸ ਖੋਖਲਾ ਹੈ, ਜਾਂ ਇਹ ਵੀ ਹੋ ਸਕਦਾ ਕਿਉਂ ਤੁਹਾਡੀ ਸੋਰਸ ਆਫ ਇਨਕਮ ਥੋੜ੍ਹੀ ਆ, ਮੈਨੂੰ ਲੱਗਦਾ ਕਿ ਤੁਸੀਂ ਵਾਪਿਸ ਨਹੀਂ ਜਾਓਗੇ। ਕਿੰਨੇ ਕਾਰਨ ਦੋਸਤੋ ਹੋ ਸਕਦੇ ਆ? ਕਈ ਵਾਰੀ ਪਰਪਸ ਆਫ ਵਿਜ਼ਿਟ ਕਾਰਨ ਆਉਂਦਾ ਆ, ਪਰਪਸ ਆਫ ਵਿਜ਼ਿਟ, ਤਾਂ ਕਸਟਮਰ ਸੋਚਦਾ ਕਿ ਸ਼ਾਇਦ ਕਵਰਿੰਗ ਲੈਟਰ 'ਚ ਕੁਛ ਕਮੀ ਰਹਿ ਗਈ ਹੋਊਗੀ, ਬਟ ਇਸ ਤਰ੍ਹਾਂ ਨਹੀਂ ਹੈ। ਮੈਂ ਚੀਜ਼ ਕਲੀਅਰ ਕਰਨਾ ਚਾਹੂੰਗਾ ਕਿ ਪਰਪਸ ਆਫ ਵਿਜ਼ਿਟ ਦਾ ਮਤਲਬ ਹੁੰਦਾ ਕਿ ਪਰਪਸ ਆਫ ਟਰੈਵਲ ਦਾ ਮਤਲਬ ਹੁੰਦਾ ਕਿ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣਾ ਪਰਪਸ ਲਿਖਿਆ ਸੀ ਟੂਰਿਜ਼ਮ, ਔਰ ਮੈਂ ਕੋ ਇੰਨੇ ਫੰਡ ਹੈਗੇ ਆ, ਮੈਂ ਘੁੰਮਣ ਲਈ ਜਾਣਾ ਇੰਨੇ ਦਿਨਾਂ ਵਾਸਤੇ, ਆਹ ਮੇਰਾ ਹੋਟਲ ਆ, ਬਟ ਵੀਜ਼ਾ ਆਫਿਸਰ ਇਜ਼ ਨੋਟ ਸੈਟਿਸਫਾਈਡ। ਉਹਨੂੰ ਹੁੰਦਾ ਹੈ ਕਿ ਤੁਸੀਂ ਪਰਪਸ ਲਿਖਿਆ ਟੂਰਿਜ਼ਮ, ਮੈਨੂੰ ਲੱਗ ਰਿਹਾ ਤੁਸੀਂ ਸਾਡੇ ਕੰਟਰੀ ਆਓਗੇ, ਵਾਪਿਸ ਨਹੀਂ ਜਾਓਗੇ। ਉਹ ਪਰਪਸ ਨੂੰ ਤੋੜਿਆ ਵੀ ਜਾ ਸਕਦਾ ਹੈ, ਦੁਬਾਰਾ ਰੀਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਵਿੱਚ ਸਾਡੇ ਕਲਾਇੰਟ ਦਾ ਪਰਪਸ ਆਫ ਵਿਜ਼ਿਟ ਆਇਆ ਸੀ, ਅਸੀਂ 3 ਮਹੀਨੇ ਬ੍ਰੇਕ ਲਗਾ ਕੇ ਦੁਬਾਰਾ ਵੀਜ਼ਾ ਅਪਲਾਈ ਕੀਤਾ, ਸੇਮ ਡਾਕੂਮੈਂਟਸ, ਐਵਰੀਥਿੰਗ ਸੇਮ, ਵੀਜ਼ਾ ਅਪਰੂਵ ਹੋ ਗਿਆ। ਸੋ ਇਸ ਕਾਰਨ ਕਰਕੇ ਘਬਰਾਉਣ ਦੀ ਲੋੜ ਨਹੀਂ ਆ ਕਿ ਜੇ ਵੀਜ਼ਾ ਰਿਫਿਊਜ਼ ਹੋ ਗਿਆ, ਕੋਈ ਇਸ਼ੂ ਨਹੀਂ ਆ, ਵੀ ਕੈਨ ਰੀਅਪਲਾਈ। ਸੈਕਿੰਡ ਕਾਰਨ ਮੋਸਟਲੀ ਆ ਰਿਹਾ ਫਾਈਨੈਂਸ਼ੀਅਲ ਐਸੈਟਸ, ਪਰਸਨਲ ਐਸੈਟਸ ਐਂਡ ਫਾਈਨੈਂਸ਼ੀਅਲ ਸਿਚੁਏਸ਼ਨ ਦਾ। ਉਹਦੇ ਵਿੱਚ ਫੰਡਸ ਕਈ ਵਾਰ ਕਿਸੇ ਦੇ ਘੱਟ ਹੁੰਦੇ ਆ, ਕਈ ਵਾਰ ਕਿਸੇ ਦਾ ਸੋਰਸ ਆਫ ਇਨਕਮ ਘੱਟ ਹੈਗਾ ਆ, ਕਈ ਵਾਰ ਕਿਸੇ ਸੈਲਰੀ ਬਹੁਤ ਥੋੜ੍ਹੀ ਹੈਗੀ ਆ, ਜਾਂ ਕਈ ਵਾਰ ਕਿਸੇ ਦੇ ਬਹੁਤ ਜ਼ਿਆਦਾ ਪੈਸੇ ਹੈਗੇ ਆ। ਸੋ ਲੋਟਸ ਆਫ ਥਿੰਗਸ ਆਫ ਦੇਰ ਦੇਖਣੀਆਂ ਪੈਂਦੀਆਂ, ਉਹਨੂੰ ਵੀ ਬ੍ਰੇਕ ਕੀਤਾ ਜਾ ਸਕਦਾ। ਥਰਡ ਆਉਂਦਾ ਫੈਮਿਲੀ ਟਾਈਜ਼। ਹੁਣ ਦੇਖੋ, ਜੇ ਤਾਂ ਬੰਦਾ ਸਿੰਗਲ ਹੈ, ਮੈਰਿਡ ਨਹੀਂ ਹੈ, ਉਹਦਾ ਲੱਗ ਕੇ ਆ ਗਿਆ ਫੈਮਿਲੀ ਟਾਈਜ਼ ਕਿ ਮੈਨੂੰ ਸ਼ੱਕ ਆ ਕਿ ਮੈਨੂੰ ਲੱਗ ਰਿਹਾ ਕਿ ਤੁਹਾਡੇ ਫੈਮਿਲੀ ਬਹੁਤ ਕਮਜ਼ੋਰ ਨੇ ਇੰਡੀਆ ਦੇ ਵਿੱਚ, ਤੁਸੀਂ ਸਾਡੇ ਕੰਟਰੀ ਆਓਗੇ ਵਾਪਿਸ ਨਹੀਂ ਜਾਓਗੇ, ਉਹਦਾ ਜੋ ਇੱਕ ਤੋੜ ਆ ਉਹ ਮੁਸ਼ਕਿਲ ਆ ਫੈਮਿਲੀ ਟਾਈਜ਼ ਦੇ ਵਿੱਚ ਸਿੰਗਲ ਬੰਦੇ ਦੀ। ਅਗਰ ਕੋਈ ਬੰਦਾ ਵਿਆਹਿਆ ਹੋਇਆ ਹੈ, ਉਹਨੇ ਇਕੱਲੇ ਨੇ ਆਪਣਾ ਵੀਜ਼ਾ ਅਪਲਾਈ ਕੀਤਾ, ਉਹਦਾ ਫੈਮਿਲੀ ਟਾਈਜ਼ ਲੱਗ ਕੇ ਆ ਜਾਂਦਾ ਹੈ, ਉਹਨੂੰ ਅਸੀਂ ਦੁਬਾਰਾ ਅਪਲਾਈ ਕਰਕੇ ਬਹਿਸ ਕਰ ਸਕਦੇ ਹਾਂ। ਸੋ ਇਹ ਕੁਛ ਕਾਰਨ ਨੇ ਦੋਸਤੋ, ਸਮਝਣ ਲੋੜ ਹੈਗੀ ਆ ਕਿ ਰਿਫਿਊਜ਼ਲ ਦਾ ਇਹ ਨਹੀਂ ਹੁੰਦਾ ਕਿ ਕੈਨੇਡਾ ਵੈਸੀ ਸਭ ਦੇ ਵੀਜ਼ੇ ਰਿਫਿਊਜ਼ ਕਰੀ ਜਾ ਰਹੀ, ਨਹੀਂ, ਵੀਜ਼ੇ ਆਉਂਦੇ ਵੀ ਆ, ਅਪਰੂਵ ਵੀ ਹੁੰਦੇ, ਵੀਜ਼ੇ ਰਿਫਿਊਜ਼ ਵੀ ਹੁੰਦੇ ਨੇ। ਰਿਫਿਊਜ਼ਲ ਆਉਣ 'ਤੇ ਨਿਰਾਸ਼ ਨਾ ਹੋਵੋ, ਆਪਣਾ ਵੀਜ਼ਾ ਦੁਬਾਰਾ ਰੀਅਪਲਾਈ ਕਰੋ, ਆਫਟਰ ਸਮ ਗੈਪ ਆਪਣੀ ਪ੍ਰੋਫਾਈਲ 'ਚ ਕੁਛ ਚੇਂਜਸ ਲੈ ਕੇ ਆਓ, ਉਸ ਤੋਂ ਬਾਅਦ ਰੀਅਪਲਾਈ ਕਰੋ। ਅਗਰ ਵੀਜ਼ਾ ਰਿਫਿਊਜ਼ ਹੋ ਗਿਆ, ਤੁਸੀਂ ਗੈਪ ਪਾਉਣਾ 4 ਮਹੀਨੇ ਦਾ, ਤਾਂ ਬੈਸਟ ਆਪਸ਼ਨ ਆ ਆਪਣੀ ਟਰੈਵਲ ਹਿਸਟਰੀ ਛੋਟੇ ਮੋਟੇ ਕੰਟਰੀ ਦੀ ਬਣਾ ਲਓ, 4 ਮਹੀਨੇ ਬਾਅਦ ਦੁਬਾਰਾ ਫਿਰ ਰੀਅਪਲਾਈ ਕਰੋ। ਇਸ ਤੋਂ ਇਲਾਵਾ ਦੋਸਤੋ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇਣ ਲੱਗਾ, ਮੈਂ ਇੱਕ ਸੀਰੀਜ਼ ਬਣਾਈ ਸੀ ਲੋਕਡਾਊਨ ਦੇ ਵਿੱਚ, ਸਾਰੇ ਰਿਫਿਊਜ਼ਲ ਰੀਜ਼ਨ ਸੀ, ਉਹ ਸੀਰੀਜ਼ ਨੂੰ ਇੱਕ ਵਾਰ ਦੇਖ ਲਓ, ਕਾਫੀ ਹੱਦ ਤੱਕ ਤੁਹਾਨੂੰ ਕਲੈਰਿਟੀ ਹੋ ਜਾਏਗੀ। ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰੀਹਲ ਫਰੋਮ ਵੀਜ਼ਾ ਹੱਬ ਇਮੀਗ੍ਰੇਸ਼ਨ।